ਸਭ ਤੋਂ ਪਹਿਲਾਂ ਬਹੁਤ ਹੀ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਸਮਝਦਾ ਬਹੁਤ ਹੀ ਲੰਬੀ ਕੰਪੇਨ ਆ ਜਿਹੜੀ ਇਸ ਵਾਰ, ਕਿਉਂਕਿ ਆਖਰੀ ਫੇਜ਼ ਦੇ ਵਿੱਚ ਇਲੈਕਸ਼ਨ ਸੀਗੀ, ਤਕਰੀਬਨ 2 ਮਹੀਨੇ ਤੋਂ ਉੱਤੇ ਆ ਜਿਹੜੀ ਇਹ ਇਲੈਕਸ਼ਨ ਜਿਹੜੀ ਆ ਚੱਲੀ ਹੈ। ਇਹਦੇ ਵਿੱਚ ਸਾਰੇ ਲੁਧਿਆਣੇ ਦੇ ਲੋਕਾਂ ਨੇ ਬਹੁਤ ਬੜਾ ਸਾਥ ਦਿੱਤਾ। ਕਈ ਵਾਰ ਕੰਪੇਨ ਦੇ ਵਿੱਚ ਲਾਊਡ ਸਪੀਕਰ ਭਾਸ਼ਣ ਉਹਨਾਂ ਨੂੰ ਵੀ ਤੁਹਾਨੂੰ ਸਹਿਣਾ ਪਿਆ, ਆਵਾਜ਼ ਸਹਿਣੀ ਪਈ, ਬੱਚੇ ਡਿਸਟਰਬ ਹੋਏ, ਕਈ ਵਾਰ ਐਸੀ ਜਗ੍ਹਾ ਪੋਸਟਰ ਬੈਨਰ ਲੱਗੇ ਜਿਹਦਾ ਕਈ ਵਾਰ ਮੈਨੂੰ ਟੈਲੀਫੋਨ ਵੀ ਆਏ ਵੀ ਇਤਰਾਜ਼ ਆ, ਅਤੇ ਮੈਂ ਮਾਫ਼ੀ ਮੰਗਦਾ ਉਸ ਗੱਲ ਤੋਂ ਵੀ, ਕਿਉਂਕਿ ਕਈਆਂ ਦੀਆਂ ਕੰਧਾਂ, ਕਈਆਂ ਦੇ ਜਿਹੜੇ ਗ੍ਰਾਫਟਿੰਗ ਕੀਤੀ ਹੋਈ ਆ ਉਹ ਖਰਾਬ ਹੋਈ ਆ, ਉਹਨੂੰ ਉਸ ਲਈ ਵੀ ਹੱਥ ਜੋੜ ਕੇ ਮੈਂ ਮਾਫ਼ੀ ਮੰਗਦਾ, ਕਿਉਂਕਿ ਆਪਣਾ ਸ਼ਹਿਰ ਆ ਉਹ ਵੀ ਸਮਾਰਟ ਸਿਟੀ ਆ, ਉਹਨੂੰ ਕਿਸ ਤਰੀਕੇ ਨਾਲ ਦੁਬਾਰਾ ਠੀਕ ਕਰ ਸਕੀਏ, ਅਤੇ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫ਼ੀ ਮੰਗਦਾ। ਅਤੇ ਦੂਜੀ ਗੱਲ, ਇੱਕ ਜਿਹੜਾ ਪਿਆਰ ਦਿੱਤਾ ਨਾ ਤੁਸੀਂ, ਮੈਂ ਜਿੱਥੇ ਵੀ ਸੜਕ 'ਤੇ ਨਿਕਲਦਾ ਸੀ ਜਿਹੜਾ ਇੱਕ ਵਾਰ ਫੇਰ ਬਿੱਟੂ, ਉਹ ਵਾਕਈ ਹਰ ਦੇ ਮਨ 'ਚ ਉਹ ਦਿਲ 'ਚ ਵੱਸ ਗਿਆ। ਅਤੇ ਘਰ ਘਰ ਜਿਹੜੇ ਮੈਂ ਕਈ ਵਾਰ ਨਿੰਘਣਾ ਸਕੂਲ ਦੇ ਮੂਹਰੋਂ, ਅਤੇ ਬੱਚਿਆਂ ਨੇ ਜਦੋਂ ਮੈਨੂੰ ਗੱਡੀ ਦੇਖਣੀ ਅਤੇ ਇੱਕ ਵਾਰ ਫੇਰ ਬਿੱਟੂ ਦੇ ਉੱਚੀ ਉੱਚੀ ਬੱਚਿਆਂ ਨੇ ਉਹ ਗਾਣਾ ਗਾਉਣਾ ਸ਼ੁਰੂ ਕਰ ਦੇਣਾ, ਅਤੇ ਮੈਂ ਸਮਝਦਾ ਐਡਾ ਵੱਡਾ ਪਿਆਰ ਲੁਧਿਆਣੇ ਨੇ ਦਿੱਤਾ, ਲੁਧਿਆਣੇ ਦੇ ਲੋਕਾਂ ਨੇ ਦਿੱਤਾ, ਨਹੀਂ ਤਾਂ ਐਡੀ ਵੱਡੀ ਮੋਦੀ ਸਾਹਿਬ ਦੀ ਵੇਵ, ਐਡੀ ਵੱਡੀ ਇਲੈਕਸ਼ਨ ਲੜਨੀ, ਮੈਂ ਸਮਝਦਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਹ ਤੁਹਾਡੀ ਸਪੋਰਟ ਨਾਲ ਇਲੈਕਸ਼ਨ ਲੜੀ ਗਈ ਆ, ਦੂਜੇ ਪਾਸੇ ਦੋਨੋਂ ਕੈਂਡੀਡੇਟ ਉਹਨਾਂ ਨੇ ਵੀ ਕੋਈ ਕਮੀ ਨਹੀਂ ਛੱਡੀ, ਪਰ ਤੁਸੀਂ ਅਲਟੀਮੇਟਲੀ ਜਿਹੜੀ ਬਹੁਤ ਵੱਡੀ ਜਿੱਤ ਆ ਜਿਹੜੀ ਮੈਨੂੰ ਤੁਸੀਂ ਦਿੱਤੀ, ਉਸ ਲਈ ਮੈਂ ਰਿਣੀ ਹਾਂ ਤੁਹਾਡਾ, ਮੈਂ ਕਰਜਈ ਹਾਂ। ਮੇਰੇ ਕੋਲ ਸ਼ਬਦ ਨਹੀਂ ਗਏ ਮੈਂ ਉਹ ਕਰਜ਼ਾ ਕਦੇ ਲਾਹ ਸਕਾਂ, ਮੈਂ ਤਾਂ ਇੰਨਾ ਹੀ, ਇੱਕ ਨਾ ਮੇਰੇ ਕੋਲ ਕੋਈ ਤਾਕਤ ਆ ਨਾ ਕੋਈ ਮੇਰੇ ਕੋਲ ਪੈਸਾ ਹੈ, ਮੈਂ ਤਾਂ ਸਿਰਫ਼ ਉਹ ਕਰਜ਼ਾ ਤੁਹਾਨੂੰ ਪਿਆਰ ਵਾਪਸ ਦੇ ਕੇ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਮੈਂ ਕਰਜ਼ਾ ਲਾਹ ਸਕਦਾ, ਅਤੇ ਪਰ ਮੈਂ ਇਹ ਵਿਸ਼ਵਾਸ ਦਿਵਾਉਣਾ ਜਿਵੇਂ ਪਿਛਲੇ 5 ਸਾਲ ਮੈਂ ਤੁਹਾਡੀ ਵੋਟ ਦਾ ਜਿਹੜਾ ਉਹ ਕਰਜ਼ਾ ਤਾਂ ਨਹੀਂ ਲਾ ਸਕਿਆ, ਪਰ ਮੈਂ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਹ ਵਿਸ਼ਵਾਸ ਦਿਵਾਉਣਾ ਇਹ 5 ਸਾਲ ਉਦੋਂ ਵੀ ਚੰਗੀ ਤਰ੍ਹਾਂ, ਚਾਹੇ ਪਾਰਲੀਮੈਂਟ 'ਚ ਹੋਵੇ, ਪਾਰਲੀਮੈਂਟ 'ਚ ਵੱਧ ਤੋਂ ਵੱਧ ਲੁਧਿਆਣੇ ਦੀ ਅਤੇ ਪੰਜਾਬ ਦੀ ਆਵਾਜ਼ ਆ ਜਿਹੜੀ ਗੂੰਜੇਗੀ, ਅਤੇ ਦੂਜੀ ਲੁਧਿਆਣੇ ਦੇ ਕੰਮਾਂ ਲਈ ਚਾਹੇ ਮੈਨੂੰ ਪ੍ਰਾਈਮ ਮਿਨਿਸਟਰ ਤੱਕ, ਚਾਹੇ ਪਿਆਰ ਨਾਲ, ਚਾਹੇ ਫਿਰ ਕਿਸੇ ਹੱਦ ਤੱਕ ਵੀ ਮੈਨੂੰ ਲੜਨਾ ਪਵੇ, ਮੈਂ ਉਹ ਪੰਜਾਬ ਦੇ ਕੰਮਾਂ ਦੇ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਉਹ ਲੜਾਈ ਲੜਾਂਗਾ, ਕਿਉਂਕਿ ਤੁਸੀਂ ਮੈਨੂੰ 3ਵੀ ਵਾਰ, ਬਹੁਤ ਵੱਡੀ ਗੱਲ ਹੁੰਦੀ ਆ, ਹੈਟ੍ਰਿਕ 3ਵੀ ਵਾਰ ਤੁਸੀਂ ਮੈਨੂੰ ਉਸ ਪਾਰਲੀਮੈਂਟ 'ਚ ਭੇਜਿਆ ਹੈ ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਸਭ ਤੋਂ ਬੜਾ ਮੰਦਰ ਆ, ਸਭ ਤੋਂ ਬੜੀ ਪੰਚਾਇਤ ਆ, ਅਤੇ ਮੈਂ ਇਸ ਗੱਲ ਦਾ ਤੁਹਾਡਾ ਬਹੁਤ ਹੀ ਬਹੁਤ ਰਿਣੀ ਹਾਂ। ਹੁਣੀ ਮੈਨੂੰ ਸਾਰੇ DC ਸਾਹਿਬ ਨੇ ਉਹ ਸਰਟੀਫਿਕੇਟ ਆ ਜਿਹੜਾ ਜਿੱਤ ਦਾ ਹੁਣੀ ਦਿੱਤਾ ਹੈ, ਅਤੇ ਮੈਂ ਇੱਕਦਮ ਹੀ ਤੁਹਾਡੇ ਨਾਲ ਇਸ ਗੱਲ ਦਾ ਇਹ ਗੱਲਾਂ ਤੁਹਾਡੇ ਨਾਲ ਕਰਨ ਲੱਗਿਆ ਹੈ। ਮੈਂ, ਮੇਰਾ ਪਰਿਵਾਰ, ਮੇਰੀ ਪਾਰਟੀ, ਮੇਰੀ ਪਾਰਟੀ ਦੇ ਲੀਡਰ ਸਾਰੇ ਲੁਧਿਆਣੇ ਵਾਸੀਆਂ ਦੇ ਬਹੁਤ ਬਹੁਤ ਰਿਣੀ ਨੇ, ਅਤੇ ਬਹੁਤ ਬਹੁਤ ਤੁਹਾਡੇ ਹਮੇਸ਼ਾ ਕਰਜ਼ਦਾਰ ਰਹਾਂਗੇ।